ਨਾਨਕ ਲੀਨ ਭਇਓ ਗੋਬਿੰਦ ਸਿੰਘ, ਜਿਉਂ ਪਾਣੀ ਸੰਗ ਪਾਣੀ। ਜੀਵਨ ਦਾ ਲਕਸ਼ ਗੋਬਿੰਦ ਵਿੱਚ ਲੀਨ ਹੋਣਾ। ਤਨ ਗੋਬਿੰਦ ਵਿੱਚ ਲੀਨ ਨਹੀਂ ਹੋ ਸਕਦਾ। ਤਨ ਮੂਲ ਰੂਪ ਵਿੱਚ ਮਿੱਟੀ ਹੈ, ਮਾਟੀ ਕੋ ਪੁੱਤਰੋ ਕੈਸੇ ਨਚਤ ਹੈ। ਮਿੱਟੀ ਕਈ ਪੜਾਵਾਂ ਚੋਂ ਲੰਘ ਕੇ ਇਹ ਤਨ ਬਣਦੀ ਹੈ, ਇਹ ਸਰੂਪ ਧਾਰਨ ਕਰਦੀ ਹੈ। ਮਿੱਟੀ ਹੀ ਖੁਰਾਕ ਬਣ ਜਾਂਦੀ ਹੈ, ਭੋਜਨ ਬਣ ਜਾਂਦੀ ਹੈ। ਭੋਜਨ ਹੀ ਖੂਨ ਅਤੇ ਬਿੰਦ ਬਣ ਜਾਂਦਾ ਹੈ। ਖੂਨ ਅਤੇ ਬਿੰਦ ਦਾ ਸੰਯੋਗ ਹੀ ਬੱਚਾ ਹੋ ਜਾਂਦਾ ਹੈ, ਬੱਚਾ ਜਵਾਨ ਹੋ ਜਾਂਦਾ ਹੈ, ਜਵਾਨ ਬੁੱਢਾ ਹੋ ਜਾਂਦਾ ਹੈ, ਬੁੱਢਾ ਫਿਰ ਮਿੱਟੀ 'ਚ ਮਿੱਟੀ ਹੋ ਜਾਂਦਾ ਹੈ। ਕਬੀਰ ਧੂਲ ਸਖੇਲ ਕੇ ਪੁੜੀਆ ਬਾਂਧੀ ਦੇ, ਦਿਵਸ ਚਾਰ ਕੋ ਪੇਖਣਾ ਅੰਤ ਖੇ ਕੀ ਖੇਹ। ਤੋ ਕਿਆ ਅਸੀਂ ਖੇਹ ਦੇ 'ਚ ਖੇਹ ਹੋਣ ਵਾਸਤੇ ਆਏ ਹਾਂ? ਕਿਆ ਜੀਵਨ ਦਾ ਲਕਸ਼ ਮਿੱਟੀ ਦੇ 'ਚ ਮਿੱਟੀ ਹੋਣਾ? ਅਗਰ ਇਹੀ ਲਕਸ਼ ਹੈ ਤਾਂ ਇਹ ਤਾਂ ਲਕਸ਼ ਸਾਰਿਆਂ ਦਾ ਪੂਰਾ ਹੋ ਜਾਂਦਾ, ਸਾਰਿਆਂ ਦਾ ਤਨ ਮਿੱਟੀ 'ਚ ਮਿੱਟੀ ਹੋ ਜਾਂਦਾ। ਤਨ ਸਾਰਿਆਂ ਦਾ ਚਿਤਾ ਦੀ ਤਰਫ ਜਾ ਰਿਹਾ ਹੈ, ਕਬਰ ਦੀ ਤਰਫ ਜਾ ਰਿਹਾ। ਚਿਤਾ ਦੇ 'ਚ ਰਾਖ ਹੋ ਜਾਂਦਾ, ਕਬਰ ਦੇ 'ਚ ਖਾਕ ਹੋ ਜਾਂਦਾ। ਮੂਲ ਰੂਪ ਦੇ 'ਚ ਇਹ ਤਨ ਮਿੱਟੀ ਹੈ। ਮੈਂ ਇਸਨੂੰ ਫਿਰ ਦੁਹਰਾਵਾਂ, ਜੋ ਬੁੱਢਾ ਹੈ ਉਸ ਤੋਂ ਪਹਿਲੇ ਜਵਾਨ ਸੀ, ਜੋ ਜਵਾਨ ਹੈ ਇਸ ਹਾਲਤ ਤੋਂ ਪਹਿਲੇ ਬੱਚਾ ਸੀ, ਜੋ ਬੱਚਾ ਹੈ ਇਸ ਹਾਲਤ ਤੋਂ ਪਹਿਲੇ ਖੂਨ ਸੀ, ਬਿੰਦ ਸੀ। ਰਕਤ ਬਿੰਦ ਕਰ ਨਿਮਿਆ ਅਗਨ ਉਦਰ ਮਜ਼ਹਾਰ, ਗੁਰਬਾਣੀ। ਇਹ ਤਨ ਕਿਵੇਂ ਬਣਦਾ? ਰਕਤ ਬਿੰਦ ਤੋਂ। ਫਿਰ ਗੁਰਬਾਣੀ ਖੋਲਦੀ ਹੈ, ਮਾਂ ਕੀ ਰਕਤ ਪਿਤਾ ਬਿੰਧਾਰਾ, ਬਿੰਦ ਪਿਤਾ ਦਾ ਰਕਤ ਮਾਂ ਦਾ ਲਹੂ ਮਾਂ ਦਾ। ਬਿੰਦ ਤੇ ਜਿਨ ਪਿੰਡ ਕੀਆ ਅਗਨ ਕੁੰਡ ਰਹਾਇਆ। ਜੋ ਬਿਰਧ ਹੈ ਪਹਿਲੇ ਜਵਾਨ ਸੀ, ਜੋ ਜਵਾਨ ਹੈ ਪਹਿਲੇ ਬੱਚਾ ਸੀ, ਜੋ ਬੱਚਾ ਹੈ ਇਸ ਤੋਂ ਪਹਿਲੇ ਬਿੰਦ ਸੀ, ਖੂਨ ਸੀ। ਜੋ ਬਿੰਦ ਹੈ ਖੂਨ ਹੈ, ਇਸ ਤੋਂ ਪਹਿਲੇ ਖੁਰਾਕ ਸੀ, ਭੋਜਨ ਸੀ, ਖੁਰਾਕ ਸੀ। ਔਰ ਜੋ ਖੁਰਾਕ ਹੈ ਉਸ ਤੋਂ ਪਹਿਲੇ ਖਾਕ ਸੀ, ਹੋਰ ਕੀ ਹੈ? ਮਾਟੀ ਕੋ ਪੁੱਤਰੋ ਕੈਸੇ ਨਚਤ ਹੈ, ਦੇਖੇ ਦੇਖੇ ਸੁਨੇ ਬੋਲੇ ਦੌਰਿਓ ਫਿਰਤ ਹੈ। ਲੇਕਿਨ ਤਨ ਦੇ ਅੰਦਰ ਇੱਕ ਸੂਖਸ਼ਮ ਸਰੀਰ ਹੈ, ਸੂਖਸ਼ਮ ਕਾਇਆ ਹੈ, ਉਹਨੂੰ ਮਨ ਕਹਿੰਦੇ ਨੇ, ਉਹਨੂੰ ਜੀਵ ਆਤਮਾ ਵੀ ਕਹਿੰਦੇ ਨੇ। ਮਨ ਤੋਂ ਮੁਰਾਦ ਕੇਵਲ ਮਾਇੰਡ ਨਾ ਲੈਣਾ, ਇੱਕ ਸੂਖਸ਼ਮ ਸਰੀਰ ਹੈ ਅੰਦਰ।
ਤਨ ਦੇ ਨਾਸ ਹੁੰਦਿਆਂ ਮਨ ਨਾਸ ਨਹੀਂ ਹੁੰਦਾ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਤੂੰ ਤੇ ਜੋਤ ਸਰੂਪ ਹੈ। ਤਨ ਮਿੱਟੀ ਤੋਂ ਆਇਆ, ਮਨ ਨੂਰ ਤੋਂ ਆਇਆ। ਤਨ ਖਾਕ ਤੋਂ ਆਇਆ, ਮਨ ਚਾਨਣੇ ਤੋਂ ਆਇਆ। ਸਿੱਧਾ ਹੀ ਪਰਮ ਪ੍ਰਕਾਸ਼ ਤੋਂ ਆਇਆ। ਪਰਮਾਤਮਾ ਦੇ ਅਖਰੀ ਅਰਥ ਨੇ ਪਰਮ ਆਤਮਾ, ਪਰਮ ਚਾਨਣਾ। ਯਾਤਰਾ ਉਦੋਂ ਸੰਪੂਰਨ ਆਉਂਦੀ ਹੈ, ਤਨ ਮਿੱਟੀ ਦੇ ਮਿੱਟੀ ਹੋਵੇ। ਉਸ ਤੋਂ ਪਹਿਲੇ ਇਹ ਜੋ ਮਨ ਜੋਤ ਹੈ, ਮਨ ਤੋਂ ਜੋਤ ਸਰੂਪ ਹੈ, ਜੋਤ ਜੋਤ ਦੇ ਚ ਲੀਨ ਹੋਵੇ। ਇਹਨੂੰ ਫਿਰ ਗੁਰਬਾਣੀ ਕਹਿੰਦੀ ਹੈ ਸਫਲ ਸਫਲ ਭਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਦਾ। ਯਾਤਰਾ ਸਫਲ ਹੋ ਗਈ, ਜੋਤ ਦੇ ਚ ਜੋਤ ਜਾਰ ਲਈ ਹੈ। ਅਜੇ ਤਨ ਮਿੱਟੀ ਚ ਮਿੱਟੀ ਨਹੀਂ ਹੋਇਆ, ਮਨ ਜੋਤ ਦੇ ਚ ਜੋਤ ਹੋ ਗਿਆ। ਇਹਨੂੰ ਕਹਿੰਦੇ ਨੇ ਜੀਵਨ ਮੁਕਤ। ਕਹਿਤ ਕਬੀਰ ਜੋ ਹਰ ਧਿਆਵੇ ਜੀਵਤ ਬੰਧਨ ਤੋਰੇ। ਆਪਦੀ ਗਿਆਤਲੀ ਅਰਜ਼ ਕਰਾਂ, ਜੋ ਜੀਵਦਿਆਂ ਜੀ ਮੁਕਤ ਨਹੀਂ ਹੋਇਆ, ਮਰ ਕੇ ਕੋਈ ਮੁਕਤ ਨਹੀਂ ਹੁੰਦਾ। ਜੋ ਚੀਜ਼ ਮੈਨੂੰ ਜੀਵਦਿਆਂ ਜੀ ਨਹੀਂ ਪ੍ਰਾਪਤ ਹੋਈ, ਮਰ ਕੇ ਕਿਸ ਤਰ੍ਹਾਂ ਹੋਵੇਗੀ। ਬਹਿਣੀ ਕਹੇ ਸੁਨੋਰੇ ਸੰਤੋ, ਮਰਨ ਮੁਕਤ ਕਿਨ ਪਾਈ। ਮਰ ਕੇ ਕਿਸ ਨੂੰ ਮੁਕਤੀ ਮਿਲਦੀ? ਕਿਸੇ ਨੂੰ ਵੀ ਨਹੀਂ। ਕਹਿਤ ਕਬੀਰ ਜੋ ਹਰ ਧਿਆਵੇ ਜੀਵਤ ਬੰਧਨ ਤੋਰੇ। ਜੀਵਦਿਆਂ ਜੀ ਉਸਦੇ ਬੰਧਨ ਟੁੱਟ ਜਾਂਦੇ ਨੇ। ਬੰਧਨ ਕਿਸ ਦਾ ਹੈ? ਜਨਮ ਤੇ ਮਰਨ ਦਾ। ਜਮ ਜਮ ਮਰੇ ਮਰੇ ਫਿਰ ਜੰਮੇ, ਬਹੁਤ ਸਜ਼ਾਏ ਪਿਆ ਦੇ ਸਲਮੇ। ਨਰਕ ਅਤੇ ਸਵਰਗ ਕੋਈ ਭੂਗੋਲਿਕ ਅਵਸਥਾ ਨਹੀਂ ਹੈ, ਜਾਂ ਖਗੋਲਿਕ ਅਵਸਥਾ ਨਹੀਂ ਹੈ। ਤੁਸੀਂ ਨਕਸ਼ਾ ਲੈ ਕੇ ਬੈਠ ਜਾਓ, ਦੇਖੀਏ ਸਵਰਗ ਕਿੱਥੇ ਹੈ ਅਤੇ ਨਰਕ ਕਿੱਥੇ ਹੈ। ਮਾਨਸਿਕ ਅਵਸਥਾ ਹੈ। ਕੁੰਭੀ ਨਰਕ ਕਿਸ ਨੂੰ ਕਹਿੰਦੇ ਨੇ? ਸਰੀਰ ਨੂੰ ਭੋਜਨ ਚਾਹੀਦਾ ਨਹੀਂ ਹੈ, ਤਨ ਨੂੰ ਕੱਪੜਾ ਚਾਹੀਦਾ ਨਹੀਂ ਹੈ, ਰਹਿਣ ਨੂੰ ਕੁੱਲੀ ਚਾਹੀਦੀ ਹੈ ਨਹੀਂ ਹੈ। ਫੁੱਟਪਾਥ 'ਤੇ ਹੀ ਜਨਮ ਹੋਇਆ, ਜੀਵਨ ਵੀ ਫੁੱਟਪਾਥ 'ਤੇ ਬਤੀਤ ਹੋ ਰਿਹਾ। ਅਨੇਕਾਂ ਤਰ੍ਹਾਂ ਦੀਆਂ ਔਕੜਾਂ ਨੇ ਔਰ ਤਨ ਨੂੰ ਰੋਗ ਨੇ, ਹੱਲ ਨਹੀਂ ਹੋ ਰਹੇ। ਕਿਸੇ ਨੂੰ ਕੁੰਭੀ ਨਰਕ ਕਹਿੰਦੇ, ਹੋਰ ਕਿਸੇ ਨੂੰ ਕੁੰਭੀ ਨਰਕ ਕਹਿੰਦੇ। ਸਵਰਗ ਸਵੈ ਵਰਗ, ਆਪਣੇ ਵਰਗਾ ਵਰਗ, ਜੋ ਜ਼ਬਾਨ ਨੂੰ ਚਾਹੀਦਾ ਉਹ ਹੈਗਾ, ਜੋ ਕੰਨਾਂ ਨੂੰ ਸੁਣਨ ਵਾਸਤੇ ਚਾਹੀਦਾ ਉਪਲਬਧ ਹੈ, ਜੋ ਅੱਖਾਂ ਨੂੰ ਵੇਖਣ ਵਾਸਤੇ ਚਾਹੀਦਾ ਮਯਸਰ ਹੈ, ਜੋ ਖਲੜੀ ਨੂੰ ਸਪਰਸ਼ ਕਰਨ ਵਾਸਤੇ ਚਾਹੀਦਾ ਮੁਯੱਸਰ ਹੈ, ਜੋ ਨਾਸਕਾਂ ਨੂੰ ਸੁਗੰਧੀ ਚਾਹੀਦੀ ਹੈ ਮੌਜੂਦ ਨੇ, ਤਮਾਮ ਇੰਦਰੀਆਂ ਦੇ ਰਸ ਮੌਜੂਦ ਨੇ, ਔਰ ਜੋ ਹਰ ਤਰ੍ਹਾਂ ਦੇ ਇੰਦਰੀਆਂ ਦੇ ਰਸ ਦੇ ਵਿੱਚ ਜੀ ਰਿਹਾ, ਗੁਸਤਾਖੀ ਮਾਫ, ਉਸੇ ਨੂੰ ਇੰਦਰ ਕਹਿੰਦੇ ਨੇ। ਹੋਰ ਕਿਸ ਨੂੰ ਇੰਦਰ ਕਹਿੰਦੇ ਨੇ? ਇੰਦਰ ਰਾਜਾ ਹੈ।
ਤਮਾਮ ਇੰਦਰੀਆਂ ਦੇ ਰਸ ਮੌਜੂਦ ਨੇ, ਬਹੁਤਾਤ ਵਿੱਚ ਮੌਜੂਦ ਨੇ। ਜ਼ਬਾਨ ਨੂੰ ਜੋ ਰਸ ਚਾਹੀਦਾ ਮੌਜੂਦ ਹੈ, ਅੱਖਾਂ ਨੂੰ, ਕੰਨਾਂ ਨੂੰ, ਨਾਸਕਾਂ ਨੂੰ, ਖਲੜੀ ਨੂੰ ਜੋ ਕੁਝ ਚਾਹੀਦਾ ਮੌਜੂਦ ਹੈ, ਔਰ ਬਹੁਤਾਤ ਦੇ ਵਿੱਚ ਮੌਜੂਦ ਹੈ ਸਵਰਗ। ਅਤੇ ਸਵਰਗ ਦੇ ਵਿੱਚ ਕੌਣ ਆਉਂਦਾ? ਇੰਦਰ। ਤਮਾਮ ਇੰਦਰੀਆਂ ਦੇ ਰਸ ਮੌਜੂਦ ਨੇ। ਪਰਮਾਤਮਾ ਤੱਕ ਕੌਣ ਪਹੁੰਚਦਾ ਹੈ? ਇੰਦਰ ਜੀਤ, ਜੋ ਇੰਦਰੀਆਂ ਨੂੰ ਜਿੱਤ ਲੈਂਦਾ ਹੈ, ਇੰਦਰੀਆਂ ਨੂੰ ਜਿੱਤ ਲੈਂਦਾ ਹੈ। ਜਿਸ ਗੱਲ ਨੂੰ ਮਨੁੱਖ ਸਿੱਧੇ ਤੌਰ 'ਤੇ ਨਹੀਂ ਨਾ ਸਮਝ ਸਕਦਾ, ਪ੍ਰਾਚੀਨ ਰਿਸ਼ੀ ਮੁਨੀ ਕਹਾਣੀਆਂ ਗੜ ਗੜ ਕੇ ਸਮਝਾਉਂਦੇ ਰਹੇ ਨੇ। ਇੰਦਰੀਆਂ ਦੇ ਸਾਰੇ ਰਸ ਮੌਜੂਦ ਨੇ ਸਵਰਗ, ਸਵੈ ਵਰਗ ਜੋ ਚਾਹੀਦਾ ਹੈ ਬਹੁਤਾਤ ਦੇ 'ਚ ਹੈ, ਕੋਈ ਕਮੀ ਨਹੀਂ ਸਵਰਗ। ਜੋ ਚਾਹੀਦਾ ਹੈ ਇੰਦਰੀਆਂ ਨੂੰ, ਸਭ ਕੁਛ ਦਾ ਅਭਾਵ ਹੈ, ਨਹੀਂ ਹੈ, ਮੈਸਰ ਨਹੀਂ ਹੈ, ਨਰਕ। ਨਰਕ ਸਵਰਗ ਤੁਸੀਂ ਇਸ ਜ਼ਮੀਨ 'ਤੇ ਦੇਖ ਸਕਦੇ ਹੋ। ਸੰਤ, ਭਗਤ, ਬ੍ਰਹਮ ਗਿਆਨੀ ਨਰਕਾਂ ਦੇ 'ਚ ਤਾਂ ਹੁੰਦਾ ਨਹੀਂ, ਉਹ ਸਵਰਗ ਦੇ 'ਚ ਵੀ ਨਹੀਂ ਆਉਂਦਾ। ਕਿਆ ਸਵਰਗ ਕਿਆ ਨਰਕ, ਵਿਚਾਰਾ ਸੰਤਨ ਦੋ ਰਾਧੇ। ਸੰਤ ਨੇ ਦੋਹਾਂ ਨੂੰ ਰੱਦ ਕਰ ਦਿੱਤਾ। ਮਹਾਨ ਸੁੱਖ ਸਵਰਗ ਨੇ, ਔਰ ਹਰ ਤਰ੍ਹਾਂ ਦਾ ਕਲੇਸ਼ ਦੁੱਖ ਨਰਕ ਹੈ। ਸੰਤ ਸਵਰਗ ਨਰਕ ਦੋਹਾਂ ਤੋਂ ਉੱਚਾ ਉੱਠ ਜਾਂਦਾ ਹੈ, ਸੁੱਖ ਦੁੱਖ ਦੋਹਾਂ ਤੋਂ ਉੱਚਾ ਉੱਠ ਜਾਂਦਾ ਹੈ। ਇਸੇ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇੰਜ ਬਿਆਨ ਕਰਦੇ ਨੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨ ਹੈ, ਸੁੱਖ ਸਨੇ ਅਰ ਭੈ ਨਹੀਂ ਜਾ ਕੇ ਕੰਚਨ ਮਾਠੀ ਮਾਨ ਹੈ। ਇਹ ਤਾਂ ਹੋ ਸਕਦਾ ਮਨੁੱਖ ਦੀ ਸੁਰਤ ਸੰਸਾਰ ਤੋਂ ਉੱਚੀ ਉੱਠ ਜਾਏ, ਕਿਉਂਕਿ ਸੰਸਾਰ ਵਿੱਚ ਤਾਂ ਕੋਈ ਐਸਾ ਸੁੱਖ ਨਹੀਂ ਜੋ ਦੁੱਖ ਨਾਲ ਜੁੜਿਆ ਹੋਇਆ ਨਹੀਂ। ਜਿਤਨੇ ਚਿਰ ਤੱਕ ਮਨੁੱਖ ਸੰਸਾਰ ਦੀ ਵਾਸ਼ਨਾ ਦੇ ਜੀ ਰਿਹਾ, ਇਹਨਾਂ ਦੋਹਾਂ ਦੇ ਵਿੱਚ ਜੀਵੇਗਾ, ਉਹਦੀ ਪਹਿਚਾਣ ਕੀ ਹੋਵੇਗੀ? ਜੀਵਨ ਦੀ ਲਾਲਸਾ ਹੋਵੇਗੀ, ਮਰਨ ਦਾ ਭੈ ਹੋਵੇਗਾ, ਨਫੇ ਦੀ ਲਾਲਸਾ ਹੋਵੇਗੀ, ਨੁਕਸਾਨ ਦਾ ਭੈ ਹੋਵੇਗਾ, ਜਵਾਨੀ ਦੀ ਲਾਲਸਾ ਹੋਵੇਗੀ, ਬੁਢੇਪੇ ਦਾ ਭੈ ਹੋਵੇਗਾ, ਇੱਜ਼ਤ ਦੀ ਲਾਲਸਾ ਹੋਵੇਗੀ, ਬੇਇੱਜ਼ਤੀ ਦਾ ਭੈ ਹੋਵੇਗਾ। ਲੋਭ ਅਤੇ ਭੈ ਦੇ ਸਾਰੀ ਜ਼ਿੰਦਗੀ ਇਸਦੀ ਬਤੀਤ ਹੋ ਰਹੀ ਹੈ ਸੰਸਾਰੀ। ਭਗਤ ਕਿਸ ਨੂੰ ਕਹੋਗੇ? ਮਰਨੇ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ। ਮੈਂ ਇਸ ਵਕਤ ਗੁਰਬਾਣੀ ਦੇ ਬਾਰੀਕ ਨੁਕਤੇ ਤੁਹਾਡੇ ਸਾਹਮਣੇ ਰੱਖ ਰਿਹਾ, ਇਤਿਹਾਸ ਨੂੰ ਇੱਕ ਪਾਸੇ ਕਰਕੇ। ਮਰਨੇ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ। ਜੀਵਨ ਦੀ ਲਾਲਸਾ ਨਹੀਂ ਰਹੀ, ਮਰਨ ਦਾ ਭੈ ਵੀ ਨਹੀਂ ਰਿਹਾ। ਜਿਤਨਾ ਪ੍ਰਬਲ ਜੀਵਨ ਦੀ ਲਾਲਸਾ ਹੋਵੇਗੀ, ਉਤਨਾ ਹੀ ਪ੍ਰਬਲ ਮਰਨ ਦਾ ਭੈ ਹੋਵੇਗਾ। ਮਰਨੇ ਕੀ ਚਿੰਤਾ ਨਹੀਂ, ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ। ਮਰਨੇ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ। ਤੂੰ ਸਰਬ ਜੀਆਂ ਪ੍ਰਿਤ ਪਾ ਲਈ, ਲੇਖੇ ਸਾਸ ਗਿਰਾਸ।
ਮਹਾਰਾਜ ਕਹਿੰਦੇ ਜੀਵਨ ਦੀ ਕੋਈ ਲਾਲਸਾ ਨਹੀਂ, ਮਰਨ ਦਾ ਕੋਈ ਭੈ ਨਹੀਂ। ਇਸ ਤੋਂ ਉੱਚੀ ਅਵਸਥਾ ਕੀ ਆਉਂਦੀ ਹੈ? ਇਹਨੂੰ ਮੋਕਸ਼ ਕਹਿੰਦੇ ਨੇ, ਮੁਕਤੀ। ਨਾ ਜੀਵਨ ਦਾ ਬੰਧਨ, ਨਾ ਮਰਨ ਦਾ ਭੈ। ਆਪਦੀ ਗਿਆਤ ਲਈ ਅਰਜ਼ ਕਰਾਂ, ਬਾਰ ਬਾਰ ਦੇ ਜਨਮ ਨੂੰ ਜੋ ਮਿਡਲ ਈਸਟ ਦੇ ਚਾਰ ਧਰਮ ਪੈਦਾ ਹੋਏ ਨੇ ਉਹ ਨਹੀਂ ਮੰਨਦੇ। ਯਹੂਦੀ, ਪਾਰਸੀ, ਈਸਾਈ, ਇਸਲਾਮ ਬਾਰ ਬਾਰ ਦੇ ਜਨਮ ਨੂੰ ਨਹੀਂ ਮੰਨਦਾ। ਇਹੀ ਜਨਮ ਹੈ ਜੋ ਹੋ ਗਿਆ। ਬਾਰ ਬਾਰ ਦੇ ਜਨਮ ਨੂੰ ਇਸ ਦੇਸ਼ ਦੇ ਜੋ ਚਾਰ ਧਰਮ ਪੈਦਾ ਹੋਏ ਨੇ, ਸਨਾਤਨ ਮਤ, ਜੈਨ ਮਤ, ਬੌਧ ਮਤ ਅਤੇ ਸਿੱਖ ਮਤ, ਇਹ ਮੰਨਦੇ ਨੇ। ਜਮ ਜਮ ਮਰੇ ਮਰੇ ਫਿਰ ਜੰਮੇ, ਬਹੁਤ ਸਜ਼ਾਏ ਪਿਆ ਦੇਸ ਲੰਮੇ। ਇਸਲਾਮ ਦੇ ਵਿੱਚ ਇੱਕ ਸੂਫੀਆਂ ਦਾ ਟੋਲਾ ਜ਼ਰੂਰ ਹੈ, ਉਹ ਬਾਰ ਬਾਰ ਦੇ ਜਨਮ ਨੂੰ ਮੰਨਦਾ। ਬਾਬਾ ਫਰੀਦ ਸੂਫੀ ਸਨ, ਕਬੀਰ ਵੀ ਸੂਫੀ ਖਿਆਲਾਂ ਦੇ ਮਾਲਕ ਸਨ, ਮੁਸਲਮਾਨ ਸਨ। ਕਬੀਰ ਨਾਮ ਇਸਲਾਮੀ ਹੈ, ਅਰਬੀ ਦਾ ਸ਼ਬਦ ਹੈ। ਕਬੀਰ ਦੇ ਅਰਥ ਨੇ ਬਜ਼ੁਰਗ, ਵੱਡਾ, ਪੁਰਾਣਾ। ਔਰ ਗੁਰੂ ਗ੍ਰੰਥ ਸਾਹਿਬ ਦੇ ਚੋਂ ਪਹਿਚਾਣ ਮਿਲਦੀ ਹੈ ਕਿ ਕਬੀਰ ਕੌਣ ਹੈ। ਦੋ ਪੰਕਤੀਆਂ ਸੁਣ ਲਓ, ਲੰਬਾ ਖੁਲਾਸਾ ਕਰਨ ਦਾ ਇਸ ਵਕਤ ਵਕਤ ਨਹੀਂ। ਜਾਂ ਕਿ ਈਦ ਬਕਰੀਦ ਕੁੱਲ ਗਊ ਬੱਧ ਕਰੇ, ਮਾਨੀਏ ਸ਼ੇਖ ਸ਼ਹੀਦ ਪੀਰਾ, ਜਾਂ ਕਿ ਬਾਪ ਐਸੀ ਕਰੀ ਪੂਤ ਐਸੀ ਸਿਰੀ, ਤੇ ਹੂਰੇ ਲੋਕ ਪ੍ਰਸਿੱਧ ਕਬੀਰਾ। ਇਹ ਜੋ ਤਿੰਨ ਲੋਕਾਂ ਦੇ ਵਿੱਚ ਕਬੀਰ ਪ੍ਰਸਿੱਧ ਹੋਇਆ, ਇਹਦਾ ਪਿਤਾ ਬਕਰੀਦ ਵਾਲੇ ਦਿਨ ਗਊਆਂ ਵੱਢਦਾ ਸੀ। ਜਾਂ ਕਿ ਈਦ ਬਕਰੀਦ ਕੁੱਲ ਗਊ ਬੱਧ ਕਰੇ, ਬਕਰੀਦ ਵਾਲੇ ਦਿਨ ਜਿਹਦੇ ਘਰ ਦੇ ਵਿੱਚ ਗਊ ਵੱਢੀ ਜਾਂਦੀ ਸੀ। ਸ਼ੇਖਾਂ ਨੂੰ, ਮਜ਼ਾਰਾਂ ਨੂੰ, ਦਰਗਾਹਾਂ ਨੂੰ ਜੋ ਮੰਨਦੇ ਸਨ, ਚਾਦਰਾਂ ਚੜ੍ਹਾਉਂਦੇ ਸਨ। ਤਾਂ ਹੁਣ ਤੁਸੀਂ ਖੁਦ ਅੰਦਾਜ਼ਾ ਲਗਾਓ ਫਿਰ ਕੌਣ ਸੀ ਕਬੀਰ ਦਾ ਪਿਤਾ। ਜਾਂ ਕਿ ਈਦ ਬਕਰੀਦ ਕੁੱਲ ਗਊ ਬੱਧ ਕਰੇ, ਇਹ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੰਕਤੀਆਂ। ਜਾਂ ਕਿ ਈਦ ਬਕਰੀਦ ਕੁੱਲ ਗਊ ਬੱਧ ਕਰੇ, ਮਾਨੀਏ ਸ਼ੇਖ ਸ਼ਹੀਦ ਪੀਰਾ, ਜਾਂ ਕਿ ਬਾਪ ਐਸੀ ਕਰੀ ਪੂਤ ਐਸੀ ਸਿਰੀ, ਤੇ ਹੂਰੇ ਲੋਕ ਪ੍ਰਸਿੱਧ ਕਬੀਰਾ। ਪਿਓ ਤੇ ਬਕਰੀਦ ਮਨਾਉਂਦਾ ਸੀ, ਕਬੀਰ ਨਹੀਂ ਮਨਾਉਂਦਾ। ਪਿਓ ਤੇ ਗਊ ਵੱਢਦਾ ਸੀ, ਇਹ ਨਹੀਂ ਵੱਢਦਾ। ਇਹ ਉਸ ਤੋਂ ਉਲਟ ਚੱਲੇ, ਉਲਟ ਚੱਲੇ। ਐਲਾਨੀਆ ਜੋ ਕਬੀਰ ਦੇ ਬੋਲ ਨੇ, ਨਾ ਹਮ ਹਿੰਦੂ ਨਾ ਮੁਸਲਮਾਨ, ਅਲਹੈ ਰਾਮ ਕੇ ਪਿੰਡ ਪਰਾਂ। ਕਬੀਰ ਦੇ ਬੋਲ, ਨਾ ਮੈਂ ਹਿੰਦੂ ਹਾਂ ਨਾ ਮੈਂ ਮੁਸਲਿਮ ਹਾਂ, ਪਰ ਅੱਲਾ ਆਖਣ ਦੇ ਵਿੱਚ ਮੈਨੂੰ ਕੋਈ ਸੰਕੋਚ ਨਹੀਂ, ਰਾਮ ਨੂੰ ਜਪਣ ਦੇ ਵਿੱਚ ਮੈਨੂੰ ਕੋਈ ਸੰਕੋਚ ਨਹੀਂ। ਮੇਰੀ ਦ੍ਰਿਸ਼ਟੀ ਜੋ ਅੱਲਾ ਹੈ ਉਹੀ ਰਾਮ ਹੈ, ਔਰ ਜੋ ਰਾਮ ਹੈ ਉਹੀ ਅੱਲਾ ਹੈ। ਕਬੀਰ ਆਪਦੀ ਗਿਆਤ ਲਈ ਅਰਜ਼ ਕਰਾਂ, ਕਬੀਰ ਵਾਰ ਵਾਰ ਦੇ ਜਨਮ ਨੂੰ ਮੰਨਦੇ ਨੇ। ਪੰਕਤੀਆਂ ਤੁਹਾਡੇ ਸਾਹਮਣੇ ਰੱਖਾਂ, ਐਸੇ ਘਰ ਹਮ ਬਹੁਤ ਵਸਾਏ, ਇਸ ਤਰ੍ਹਾਂ ਦੇ ਘਰ ਮੈਂ ਕਈ ਵਸਾਏ। ਐਸੇ ਘਰ ਹਮ ਬਹੁਤ ਵਸਾਏ,
ਜਬ ਹਮ ਰਾਮ ਗਰਭ ਹੋਇਆ ਹੈ, ਜਿਸ ਦਿਨ ਦੀ ਮੇਰੀ ਸੁਰਤ ਨੇ ਰਾਮ ਦੇ ਵਿੱਚ ਪ੍ਰਵੇਸ਼ ਕੀਤਾ ਹੈ, ਮੈਨੂੰ ਸਮਝ ਆਈ ਹੈ ਇਸ ਤਰ੍ਹਾਂ ਦਾ ਜਨਮ ਤਾਂ ਮੈਂ ਕਈ ਦਫ਼ਾ ਲੈ ਚੁੱਕਿਆ। ਕਈਆਂ ਦਾ ਪੁੱਤਰ ਬਣਿਆ, ਕਈਆਂ ਦਾ ਪਿਤਾ ਬਣਿਆ, ਕਈਆਂ ਦਾ ਭਰਾ ਬਣਿਆ, ਕਈਆਂ ਦਾ ਪਤੀ ਬਣਿਆ, ਕਈਆਂ ਦੀ ਪਤਨੀ ਬਣਿਆ। ਤੁਸੀਂ ਆਖੋ ਮੈਂ ਕੀ ਕਹਿ ਰਿਹਾ, ਜ਼ਰੂਰੀ ਨਹੀਂ ਕਿ ਪੁਰਸ਼ ਮਰ ਕੇ ਫਿਰ ਪੁਰਸ਼ ਹੀ ਹੋਵੇ, ਹੋ ਸਕਦਾ ਇਸਤਰੀ ਹੋਵੇ, ਔਰ ਜ਼ਰੂਰੀ ਨਹੀਂ ਕਿ ਇਸਤਰੀ ਮਰ ਕੇ ਇਸਤਰੀ ਹੋਵੇ, ਹੋ ਸਕਦਾ ਪੁਰਸ਼ ਹੋਵੇ। ਥੋੜ੍ਹਾ ਜਿਹਾ ਮਾਤਰਾ ਦਾ ਭੇਦ ਹੈ ਔਰ ਕੁਛ ਨਹੀਂ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਪੁਰਖ ਮੇ ਨਾਰ, ਨਾਰ ਮੇ ਪੁਰਖਾ, ਬੂਝੋ ਬ੍ਰਹਮ ਗਿਆਨੀ। ਇਹ ਬ੍ਰਹਮ ਗਿਆਨੀ, ਇਸ ਨੂੰ ਵੀ ਸਮਝੋ, ਹਰ ਇੱਕ ਦੇ ਸਰੀਰ ਦੇ ਅੰਦਰ ਮਾਂ ਬਾਪ ਦੀ ਅੰਸ ਮੌਜੂਦ ਹੈ। ਮਾਂ ਬਾਪ ਤੋਂ ਸਰੀਰ ਆਇਆ, ਰਕਤ ਬਿੰਦ ਤੋਂ ਬਣਿਆ, ਬਿੰਦ ਪਿਤਾ ਦਾ, ਰਕਤ ਮਾਂ ਦਾ। ਹਰ ਸਰੀਰ ਵਿੱਚ ਇਸਤਰੀ ਅਤੇ ਪੁਰਸ਼ ਦੇ ਤੱਤ ਮੌਜੂਦ ਨੇ, ਕੋਈ ਐਸਾ ਸਰੀਰ ਨਹੀਂ ਜਿਹਦੇ 'ਚ ਇਹ ਦੋਵੇਂ ਮੌਜੂਦ ਨੇ। ਪੁਰਖ ਮੇ ਨਾਰ, ਪੁਰਸ਼ ਦੇ ਅੰਦਰ ਨਾਰੀ ਹੈ, ਨਾਰ ਮੇ ਪੁਰਖ ਆ, ਨਾਰੀ ਦੇ ਅੰਦਰ ਪੁਰਸ਼ ਹੈ। ਗੁਰੂ ਨਾਨਕ ਰਾਮ ਕੱਲੀ ਮੱਲਾ ਪਹਿਲਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ, ਜਿੱਥੇ ਅਧਿਆਤਮਕ ਗਿਆਨ ਹੈ, ਜਿੱਥੇ ਬਹੁਤ ਵੱਡਾ ਕਲਾ ਦਾ ਗਿਆਨ ਹੈ, ਸੰਗੀਤ ਦਾ ਗਿਆਨ ਹੈ, ਕਵਿਤਾ ਦਾ ਗਿਆਨ ਹੈ, ਉੱਥੇ ਬਹੁਤ ਵੱਡਾ ਵਿਗਿਆਨ ਵੀ ਹੈ, ਪਦਾਰਥ ਦਾ ਗਿਆਨ ਵੀ ਹੈ, ਸੰਸਾਰ ਦਾ ਗਿਆਨ ਵੀ ਹੈ, ਸਾਇੰਸ ਵੀ ਹੈ। ਔਰ ਐਸੀ ਸਾਇੰਸ ਜਿਸ ਨੂੰ ਸਮਾਂ ਅਤੇ ਅਜੋਕਾ ਵਿਗਿਆਨ ਝੁਟਲਾ ਨਹੀਂ ਸਕਦਾ, ਗਲਤ ਸਾਬਤ ਨਹੀਂ ਕਰ ਸਕਦਾ। ਪੁਰਖ ਮੇ ਨਾਰ, ਨਾਰ ਮੇ ਪੁਰਖਾ, ਬੂਝੋ ਬ੍ਰਹਮ ਗਿਆਨੇ। ਇੱਕ ਇਸਤਰੀ ਇਸ ਵਾਸਤੇ ਇਸਤਰੀ ਹੈ, ਉਹਦੇ ਅੰਦਰ ਮਾਂ ਦੀ ਅੰਸ ਪੂਰੀ ਹੈ, ਪਿਓ ਦੀ ਅਧੂਰੀ ਹੈ। ਇੱਕ ਪੁਰਸ਼ ਇਸ ਵਾਸਤੇ ਪੁਰਸ਼ ਹੈ, ਪਿਤਾ ਦੀ ਅੰਸ ਪੂਰੀ ਹੈ, ਮਾਂ ਦੀ ਥੋੜ੍ਹੀ ਅਧੂਰੀ ਹੈ। ਪੁਰਸ਼ ਦੇ ਅੰਦਰ ਇਸਤਰੀ ਅਰਧ ਅੰਗ ਹੈ, ਅਰਧਾਂਗ ਨਹੀਂ ਅਰਧ ਅੰਗ ਹੈ, ਅਤੇ ਇਸਤਰੀ ਦੇ ਅੰਦਰ ਪੁਰਸ਼ ਅਰਧ ਅੰਗ ਹੈ। ਇਸ ਵਾਸਤੇ ਇਸਤਰੀ ਦੇ ਵਿੱਚ ਇਸਤਰੀ ਦੀ ਕਸ਼ਿਸ਼ ਨਹੀਂ ਆਉਂਦੀ, ਪੁਰਸ਼ ਦੀ ਆਉਂਦੀ ਹੈ, ਔਰ ਪੁਰਸ਼ ਦੇ ਅੰਦਰ ਪੁਰਸ਼ ਦੀ ਕਸ਼ਿਸ਼ ਨਹੀਂ ਆਉਂਦੀ, ਇਸਤਰੀ ਦੀ ਆਉਂਦੀ, ਵਿਪਰੀਤ ਦੀ ਕਸ਼ਿਸ਼ ਹੈ। ਗੁਰੂ ਨਾਨਕ ਇਸ ਖਿਆਲ ਨੂੰ ਵੀ ਸਾਹਮਣੇ ਰੱਖਦੇ ਨੇ ਬੜੇ ਸੋਹਣੇ ਢੰਗ ਨਾਲ। ਬਾਲ ਕੰਨਿਆ ਕੋ ਜੈਸੇ ਬਾਪ ਪਿਆਰਾ, ਭਾਈ ਕੋ ਅਤਵਾਈ। ਛੋਟੀ ਜਿਹੀ ਕੰਨਿਆ ਪਿਓ ਨੂੰ ਵੇਖ ਕੇ ਪਰਿਕਰਮਾ ਕਰਦੀ ਹੈ, ਪੈਰਾਂ ਨਾਲ ਲਿਪਟਦੀ ਹੈ, ਬਹੁਤ ਖੁਸ਼ ਆਉਂਦੀ ਹੈ। ਮਾਂ ਜੈਸੀ ਤੂੰ ਹੈ, ਪਿਓ ਨੂੰ ਵੇਖ ਕੇ ਵਿਕਸਤ ਆਉਂਦੀ ਹੈ, ਪਿਓ ਦੀ ਤਰਫ ਵੱਜਦੀ ਹੈ। ਇਸਤਰੀ ਪੁਰਸ਼ ਤੋਂ ਪ੍ਰਭਾਵਿਤ ਹੈ, ਪੁਰਸ਼ ਚਾਹੇ ਪਿਤਾ ਹੋਵੇ, ਚਾਹੇ ਪੁੱਤਰ ਹੋਵੇ, ਚਾਹੇ ਪਤੀ ਹੋਵੇ, ਅਤੇ ਚਾਹੇ ਭਰਾ ਹੋਵੇ, ਪੁਰਸ਼ ਇਸਤਰੀ ਤੋਂ ਪ੍ਰਭਾਵਿਤ ਹੈ। ਇਹ ਇਸਤਰੀ ਚਾਹੇ ਮਾਂ ਹੋਵੇ, ਚਾਹੇ ਪਤਨੀ ਹੋਵੇ, ਚਾਹੇ ਭੈਣ ਹੋਵੇ, ਚਾਹੇ ਬੱਚੀ ਹੋਵੇ, ਪ੍ਰਭਾਵਿਤ ਇਸਤਰੀ ਤੋਂ ਹੈ। ਪੁਰਖ ਮੇ ਨਾਰ, ਨਾਰ ਮੇ ਪੁਰਖਾ, ਬੂਝੋ ਬ੍ਰਹਮ ਗਿਆਨੀ। 10 ਇਸਤਰੀਆਂ ਇੱਕ ਕਮਰੇ 'ਚ ਬੈਠੀਆਂ ਨੇ, ਆਪਣੀ ਗੁਫ਼ਤਗੂ ਦੇ ਚਲੇਨ, ਇੱਕ ਪੁਰਸ਼ ਆ ਜਾਏ ਮਾਹੌਲ ਬਦਲ ਜਾਂਦਾ ਹੈ। 10 ਪੁਰਸ਼ ਬੈਠੇ ਨੇ ਇੱਕ ਕਮਰੇ ਦੇ 'ਚ, ਠੱਠਾ ਮਸਕਰੀ ਕਰ ਰਹੇ ਨੇ,
ਇੱਕ ਇਸਤਰੀ ਆਉਂਦੀ ਹੈ ਮਾਹੌਲ ਬਦਲ ਜਾਂਦਾ ਹੈ। 10 ਪੁਰਸ਼ਾਂ ਦੇ ਜੇ ਇੱਕ ਪੁਰਸ਼ ਹੋਰ ਆ ਜਾਏ ਮਾਹੌਲ ਨਹੀਂ ਬਦਲਦਾ। 10 ਇਸਤਰੀਆਂ ਬੈਠੀਆਂ ਨੇ, ਇੱਕ ਇਸਤਰੀ ਹੋਰ ਆ ਜਾਏ ਮਾਹੌਲ ਨਹੀਂ ਬਦਲਦਾ। ਪਰ ਇੱਕ ਪੁਰਸ਼ ਦੇ ਆਉਂਦਿਆਂ, ਇੱਕ ਇਸਤਰੀ ਦੇ ਆਉਂਦਿਆਂ ਮਾਹੌਲ ਬਦਲ ਜਾਂਦਾ। ਵਿਪਰੀਤ ਦੀ ਕੋਸ਼ਿਸ਼ ਹੈ। ਅਰਧ ਅੰਗ ਸਰੀਰ ਦੇ ਅੰਦਰ, ਅਰਧ ਸਰੀਰ ਇਸਤਰੀ ਦਾ ਹੈ। ਇਹੀ ਹਾਲਤ ਮਨ ਦੇ 'ਚ ਵੀ ਹੈ। ਗੁਰਬਾਣੀ ਕਹਿੰਦੀ ਹੈ ਸ਼ਰਧਾ ਭਾਵਨਾ ਤਾਂ ਇਸਤਰੀ ਹੈ ਅਤੇ ਗਿਆਨ ਪੁਰਸ਼ ਹੈ। ਨਿਜ ਭਗਤੀ ਸੀਲਵੰਤੀ ਨਾਰ, ਰੂਪ ਅਨੂਪ ਪੂਰੀ ਆਚਾਰ। ਭਾਵਨਾ ਸ਼ਰਧਾ ਇਸਤਰੀ 'ਚ ਬੜੀ ਪ੍ਰਧਾਨ ਆਉਂਦੀ ਹੈ। ਤਰਕ ਅਤੇ ਵਿਚਾਰ ਪੁਰਸ਼ ਦੇ ਅੰਦਰ ਬੜੇ ਪ੍ਰਧਾਨ ਆਉਂਦੇ ਨੇ। ਭਾਵਨਾ ਸ਼ਰਧਾ ਤੋਂ ਹੀਣੇ ਵਿਚਾਰ, ਇਹਨਾਂ ਦੀ ਸ਼ਿਖਰਤਾ ਮਨੁੱਖ ਨੂੰ ਨਾਸਤਿਕ ਬਣਾ ਦਿੰਦੀ ਹੈ। ਚੋਟੀ ਦੇ ਨਾਸਤਿਕ ਅਕਸਰ ਪੁਰਸ਼ ਹੀ ਹੋਏ ਨੇ, ਇਸਤਰੀਆਂ ਨਹੀਂ। ਪਰ ਭਾਵਨਾ ਅਤੇ ਸ਼ਰਧਾ ਦੀ ਪ੍ਰਧਾਨਤਾ ਗਿਆਨ ਤੋਂ ਬਿਨਾਂ, ਤਰਕ ਤੋਂ ਬਿਨਾਂ ਅੰਧੀ ਆਉਂਦੀ। ਅੰਧੀ ਸ਼ਰਧਾ ਇਹ ਭਟਕਾ ਕੇ ਰੱਖ ਦਿੰਦੀ ਹੈ। ਅੰਧੀ ਸ਼ਰਧਾ ਭਟਕਾ ਕੇ ਰੱਖ ਦਿੰਦੀ ਹੈ। ਔਰ ਲੰਗੜਾ ਤਰਕ ਗਿਆਨ ਜ਼ਿੰਦਗੀ ਨੂੰ ਰੋਕੀ ਰੱਖਦਾ, ਕਿਧਰੇ ਚੱਲਣ ਨਹੀਂ ਦਿੰਦਾ, ਪਹੁੰਚਣ ਨਹੀਂ ਦਿੰਦਾ। ਬਾਹਰੋਂ ਸੁਮੇਲ ਦਾ ਢੰਗ ਸਮਾਜ ਨੇ ਲਵਿਆ, ਇਸਤਰੀ ਪੁਰਸ਼ ਦਾ ਵਿਆਹ, ਬੱਚੀ ਬੱਚੇ ਦਾ ਵਿਆਹ, ਪਰ ਅੰਦਰ ਭਗਤੀ ਅਤੇ ਗਿਆਨ ਦਾ ਸੰਯੋਗ ਵੀ ਤਾਂ ਹੋਣਾ ਚਾਹੀਦਾ ਹੈ। ਨਿਜ ਭਗਤੀ ਸੀਲਵੰਤੀ ਨਾਰ, ਗੁਰੂ ਅਰਜਨ ਦੇਵ ਜੀ ਮਹਾਰਾਜ। ਨਿਜ ਭਗਤੀ ਸੀਲਵੰਤੀ ਨਾਰ, ਰੂਪ ਅਨੂਪ ਪੂਰੀ ਆਚਾਰ। ਜਿਚਰ ਵਸੀ ਪਿਤਾ ਕੇ ਸਾਥ, ਕਿਚਰ ਕੰਤ ਬੋ ਫਿਰਤ ਉਦਾਸ। ਕਰ ਸੇਵਾ ਸਤਪੁਰਖ ਮਨਾਇਆ, ਗੁਰ ਆਣੀ ਘਰ ਮੇਂ ਤਾਂ ਸਰਵ ਸੁਖ ਪਾਇਆ। ਗਿਆਨ ਤੇ ਪੁਰਸ਼ ਹੈ, ਗਿਆਨ ਰਾਓ ਜਬ ਸੇਜੇ ਆਵੇ ਤੋ ਨਾਨਕ ਭੋਗ ਕਰੇ। ਗਿਆਨ ਪੁਰਸ਼ ਹੈ, ਭਾਵਨਾ ਸ਼ਰਧਾ ਇਸਤਰੀ ਹੈ। ਬਾਹਰ ਦਾ ਸੰਗਮ ਹੋ ਗਿਆ ਇਸਤਰੀ ਪੁਰਸ਼ ਦਾ, ਅੰਦਰ ਭਗਤੀ ਅਤੇ ਗਿਆਨ ਦਾ ਸੰਗਮ ਨਹੀਂ ਹੋਇਆ। ਅੰਦਰੋਂ ਇਹ ਮਨੁੱਖ ਬੇਚੈਨ ਰਹੇਗਾ, ਚਾਹੇ ਇਸਤਰੀ ਹੈ ਚਾਹੇ ਪੁਰਸ਼ ਹੈ, ਤੜਪਦਾ ਹੀ ਰਹੇਗਾ, ਵਿਆਕੁਲ ਰਹੇਗਾ, ਕਿਉਂਕਿ ਬਾਹਰ ਦਾ ਸੰਯੋਗ ਬਣ ਗਿਆ, ਅੰਦਰ ਦਾ ਨਹੀਂ ਬਣਿਆ। ਐਸੇ ਘਰ ਹਮ ਬਹੁਤ ਵਸਾਏ, ਇਸ ਤਰ੍ਹਾਂ ਦੇ ਘਰ 'ਤੇ ਮੈਂ ਕਈ ਵਸਾਏ ਨੇ, ਕਬੀਰ ਕਹਿੰਦੇ ਨੇ। ਸੂਫੀ ਸੰਤ ਸ਼ਮਸ ਤਬਰੇਜ਼ ਵੀ ਕਹਿੰਦੇ ਨੇ, ਬਾਜ਼ ਆਮਦਮ ਬਾਜ਼ ਆਮਦਮ ਤਾਂ ਯਾਰ ਰਾਹ ਮਹਿਮਾ ਕੁਨਮ। ਮੈਂ ਬਾਰ ਬਾਰ ਇਸ ਦੁਨੀਆਂ 'ਤੇ ਆਇਆ ਕੋਈ ਇੱਕ ਦਫ਼ਾ। ਆਪ ਸੁਣ ਕੇ ਹੈਰਾਨ ਹੋ ਗਏ ਨੇ, ਆਪਣੀਆਂ 9 ਮਾਵਾਂ ਦੇ ਨਾਂ ਵੀ ਲਿਖੇ ਨੇ ਦੀਵਾਨ ਸ਼ਮਸ ਤਬਰੇਜ਼ 'ਚ। ਇਸੇ ਆਧਾਰ 'ਤੇ ਮੁਲਤਾਨ ਦੇ ਨਵਾਬ ਨੇ ਇਹਦੀ ਪੁੱਠੀ ਖੱਲ ਲਾ ਕੇ ਇਹਨੂੰ ਸ਼ਹੀਦ ਕੀਤਾ, ਕਿਉਂਕਿ ਇਸਲਾਮ ਦੇ 'ਚ ਬਾਰ ਬਾਰ ਜਨਮ ਨਹੀਂ ਮੰਨਦੇ।